ਇੱਕ ਫਾਈਨਾਂਸ ਦਫ਼ਤਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਕਾਰਨ 2 ਮੰਜ਼ਿਲਾ ਇਮਾਰਤ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਅਤੇ ਇੱਥੋਂ ਤੱਕ ਉੱਪਰਲੀ ਮੰਜ਼ਿਲ ਤੇ ਪਿਆ ਫਰਨੀਚਰ ਦਾ ਸਮਾਨ ਜਲ ਕੇ ਕੋਲਾ ਬਣ ਗਿਆ। ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਨੇ ਦੱਸਿਆ ਕਿ ਉਸਦਾ ਚੰਡੀਗੜ੍ਹ ਰੋਡ ਅਤੇ ਇਸਲਾਮਾਬਾਦ ਵਿਖੇ ਮੇਨ ਸੜਕ ਦੇ ਨਜ਼ਦੀਕ ਹੀ ਫਾਈਨਾਂਸ ਦਾ ਦਫ਼ਤਰ ਮੌਜੂਦ ਹੈ ਤੇ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸਦੇ ਦਫ਼ਤਰ 'ਚ ਅੱਗ ਲਗਾ ਦਿੱਤੀ, ਜਿਸ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਮਾਮਲਾ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਪੈਂਦੇ ਮੁਹੱਲਾ ਇਸਲਾਮਾਬਾਦ ਤੋਂ ਸਾਹਮਣੇ ਆਇਆ, ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਦਫ਼ਤਰ ਨੂੰ ਅੱਗ ਤਾਂ ਲਗਾਈ ਹੀ ਲਗਾਈ, ਨਾਲ ਹੀ ਦਫ਼ਤਰ 'ਚ ਲੱਗੀਆਂ 2 LEDs ਤੇ CCTV ਕੈਮਰਿਆਂ ਦੇ DVR ਸਮੇਤ ਪਾਣੀ ਵਾਲੀ ਮੋਟਰ ਵੀ ਚੋਰੀ ਕਰਕੇ ਲੈ ਗਏ। ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨਾਲ ਉਸਦਾ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ, ਨਾਲ ਹੀ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਉਸਦਾ ਦਫ਼ਤਰ ਫੂਕ ਦਿੱਤਾ ਗਿਆ। ਇਸ ਅੱਗਜਨੀ ਦੀ ਘਟਨਾ 'ਚ 2 ਸੋਫੇ ਸੈੱਟ, 1 ਫਰਿੱਜ, ਇਨਵਰਟਰ ਅਤੇ ਪੱਖਿਆਂ ਸਮੇਤ ਹੋਰ ਜ਼ਰੂਰੀ ਸਮਾਨ ਅਤੇ ਕਾਗਜ਼ਾਤ ਸੜ ਕੇ ਸਵਾਹ ਹੋ ਗਏ ਨੇ। ਇਸ ਮੌਕੇ ਪੀੜਤ ਰਾਜੀਵ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਇਹ ਫਾਈਨਾਂਸ ਦਾ ਦਫ਼ਤਰ ਹੈ, ਡੇਲੀ ਕਲੈਕਸ਼ਨ। ਠੀਕ ਹੈ ਜੀ, ਅਤੇ ਕੀ ਗੱਲਬਾਤ ਹੋਈ ਆ? ਪਤਾ ਨਹੀਂ, ਅਸੀਂ ਤਾਂ ਸਾਨੂੰ ਤਾਂ ਸਵੇਰੇ ਪਤਾ ਲੱਗਾ, ਗੁਆਂਢੀਆਂ ਨੇ ਫੋਨ ਕੀਤਾ ਅਤੇ ਉੱਪਰ ਦਫ਼ਤਰ 'ਤੇ ਅੱਗ ਲੱਗੀ ਆ। ਫਿਰ ਅਸੀਂ ਦੇਖਿਆ ਜਦੋਂ ਆ ਕੇ ਵੀ ਉੱਪਰ ਤਾਂ ਸਾਰਾ ਕੁਝ ਜਲ ਚੁੱਕਾ ਹੋਇਆ ਸੀ, ਪਰ ਉੱਪਰ LED ਵਗੈਰਾ ਲਾ ਲਈਆਂ ਹੋਇਆ ਸੀ, ਬਾਹਰੋਂ ਟੁੱਲੂ ਪੰਪ ਵੀ ਲਾ ਲਿਆ ਹੋਇਆ ਸੀ ਅਤੇ ਸੋਫੇ ਜਲ ਚੁੱਕੇ ਸੀਗੇ, ਬੈੱਡ ਵੀ ਜਲ ਚੁੱਕਾ ਹੋਇਆ ਸੀ ਅਤੇ ਸਮਾਨ ਸਾਰਾ ਜਿਹੜੀਆਂ ਉਹ ਸਿਲੰਡਰ ਵਗੈਰਾ ਉਹ ਲਾ ਕੇ ਲੈ ਗਏ ਆ, LEDs ਵੀ ਲਾ ਕੇ ਲੈ ਗਏ ਆ ਅਤੇ ਸੋਫਿਆਂ ਨੂੰ ਜਾਲ ਗਏ ਜਾਂਦੇ ਹੋਏ, ਬੈੱਡ ਵੀ ਜਾਲ ਗਏ ਆ। ਰਾਤ ਕਿੰਨੇ ਵਜੇ ਗਏ ਸੀ ਘਰ ਤੁਸੀਂ? ਰਾਤੀ ਤਾਂ ਮੇਰੇ ਫਾਦਰ ਸਾਹਿਬ ਡੈਥ ਹੋਈ ਹੋ, ਮੈਂ ਤਾਂ ਆਇਆ ਨਹੀਂ, ਕੱਲ੍ਹ ਦੁਪਹਿਰੇ 12 ਵਜੇ ਆਇਆ ਸੀ, ਉਦੋਂ ਤਾਂ ਠੀਕ ਸੀ। ਦੁਕਾਨ ਬੰਦ ਕਰਕੇ ਗਏ ਸੀ? ਹਾਂ, ਦੁਕਾਨ ਬੰਦ ਸੀ, ਸ਼ਟਰ ਲੌਕ ਲੱਗੀ ਹੋਈ ਸੀ, ਲੌਕ ਤੋੜੇ ਆ, ਲੋਕ ਤੋੜ ਕੇ ਅੰਦਰ ਵੜੇ ਆ। ਸਵੇਰੇ ਕਿੰਨੇ ਵਜੇ ਪਤਾ ਲੱਗਾ? ਸਵੇਰੇ ਸਾਨੂੰ ਪਤਾ ਲੱਗ ਗਿਆ 4:30-4 ਵਜੇ। ਨੁਕਸਾਨ ਤਾਂ 3 ਲੱਖ ਦਾ ਹੋ ਗਿਆ, 3.5 ਲੱਖ ਦਾ। ਡਬਲ ਸੋਫਾ ਲੈ ਕੇ ਤੇ ਉਹ ਸਾੜ ਗਏ, ਵਿੱਚ LEDs ਲੈ ਗਏ ਨਾ 2, ਇੱਕ ਥੱਲੇ ਵਾਲੀ ਲੱਗੀ ਹੋਈ ਸੀ, ਜਿਹ 'ਚ ਇੱਕ DVR ਲੱਗੀ ਹੋਈ ਸੀ, ਉਹ ਵੀ ਲੈ ਗਏ, ਕੈਮਰੇ ਜਿਹੜੇ ਚੱਲਦੇ ਸੀ ਉਹ ਵੀ ਲੈ ਗਏ, ਉੱਪਰ LED 40-42 ਇੰਚ ਲੱਗੀ ਸੀ ਉਹ ਵੀ ਲੈ ਗਏ। ਫਾਈਨਾਂਸ ਦਾ ਕੰਮ ਆ, ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਲਾਕਡਾਊਨ ਲੜਾਈ ਝਗੜਾ ਹੋਇਆ ਹੋਵੇ? ਲੜਾਈ ਝਗੜਾ ਮੇਰਾ ਫਿਲਹਾਲ ਤਾਂ ਕੋਈ ਵੀ ਨਹੀਂ ਹੋਇਆ, ਹੋ ਸਕਦਾ ਵੀ ਕਿਸੇ ਨੇ ਲੈਣੇ ਦੇਣੇ, ਜਿਹਨਾਂ ਲੈਣੇ ਆ ਜਿਹਨਾਂ ਕੋਲ ਪੈਸੇ, ਉਹਨਾਂ ਨੇ ਇਸ ਰੰਜੀ ਚਲਾਤੀ ਹੋਈ, ਡਾਕੂਮੈਂਟ ਇੱਥੇ ਪਏ ਹੁੰਦੇ ਆ ਵੀ ਅੱਗ ਲਾ ਦਈਏ। ਅਤੇ CCTV ਕੈਮਰੇ ਲੱਗੇ ਹੋਏ ਸੀ? ਹਾਂਜੀ, CCTV ਕੈਮਰੇ ਲੱਗੇ ਹੋਏ। CCTV ਫੁਟੇਜ ਨਹੀਂ, ਉਹ DVR ਹੀ ਲੈ ਗਏ ਨਾ? DVR ਵੀ ਨਾਲ ਲੈ ਨਾਲ ਲੈ ਗਏ। ਅਤੇ ਕਿੰਨਾ ਕੁ ਟੋਟਲ ਨੁਕਸਾਨ ਹੋਇਆ? 3 ਲੱਖ ਰੁਪਈਆ ਨੇ। ਪੁਲਿਸ ਥਾਣਾ ਕਿਹੜਾ ਹੋਇਆ ਤੁਹਾਨੂੰ? ਸਦਰ ਥਾਣਾ। ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ? ਹਾਂਜੀ ਹਾਂਜੀ, ਆਈ ਸੀ ਪੁਲਿਸ ਫਿਰ ਤਫਤੀਸ਼ ਕਰ ਗਈ। ਠੀਕ ਹੈ, ਕੀ ਮੰਗ ਕਰਦੇ ਹੋ ਤੁਸੀਂ? ਬਸ ਇਹੀ ਵੀ ਕੰਮ ਠੀਕ ਤਾਂ ਹੈ ਨਹੀਂ ਗਿਆ, ਇਹ ਅਰਥ ਆਪਣੀ ਜਿਹੜੀ ਜੋ ਵੀ ਆ ਸਿਸਟਮ ਚੱਲਦਾ ਇਹਦਾ, ਲਾਅ ਐਂਡ ਆਰਡਰ ਦਾ, ਇਹਨੂੰ ਦਰੁਸਤ ਕਰਨਾ ਚਾਹੀਦਾ ਹੈ ਬੰਦੇ ਨੂੰ। ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ? ਮੈਂ 25 ਸਾਲ ਤੋਂ।